ਕਾਫੀ ਦਿਨਾਂ ਤੋਂ ਨਾ ਮੈਨੂੰ ਫੀਲ ਹੋ ਰਿਹਾ ਸੀਗਾ ਕਿ ਜਿਹੜਾ ਕਾਰ ਦਾ ਇਹ ਵਾਲਾ ਟਾਇਰ ਆ ਨਾ ਇਹ ਵਾਲਾ ਇਹ ਹਵਾ ਲੂਜ਼ ਕਰ ਰਿਹਾ ਸੀਗਾ ਅਤੇ ਮੈਂ ਕੁਛ ਦਿਨਾਂ ਤੋਂ ਹਵਾ ਭਰ ਭਰ ਕੇ ਚਲਾਈ ਜਾਂਦਾ ਸੀ ਕੰਮ 'ਤੇ ਅੱਜ ਮੈਂ ਨੋਟਿਸ ਕੀਤਾ ਇਹ ਦੇਖ ਰਹੇ ਹਾਂ ਆਹ ਫੋੜਾ ਜਿਹਾ ਨਿਕਲਿਆ ਹੋਇਆ ਇਹ ਹੁਣ ਕੁਆਇਟ ਡੇਂਜਰਸ ਚੀਜ਼ ਆ ਇਹ ਜਨਾਬ ਇੰਡੀਕੇਸ਼ਨ ਆ ਕਿ ਫੌਰੀ ਤੌਰ 'ਤੇ ਟਾਇਰ ਬਦਲੋ ਤੋ ਦੈਟਸ ਵਾਟ ਆਮ ਗੋਨਾ ਡੂ ਨਾਓ ਆਮ ਗੋਨਾ ਹੈਡ ਟੂ ਕੋਸਕੋ ਕੋਸਕੋ ਦੇ ਵਿੱਚ ਜਾ ਕੇ ਅੱਲਾ ਕਰੇ ਕੋ ਅਪੁਆਇੰਟਮੈਂਟ ਅਵੇਲੇਬਲ ਹੋਵੇ ਜਲਦੀ ਔਰ ਇਹਨੂੰ ਨਾ ਟਾਇਰ ਨੂੰ ਚੇਂਜ ਕਰਵਾਉਣਾ ਆ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਜੀ ਕੋਸਕੋ ਦੇ ਵਿੱਚ ਟਾਇਰ ਬਦਲਣ ਦਾ ਕੀ ਤਰੀਕੇਕਾਰ ਆ ਅਪੁਆਇੰਟਮੈਂਟ ਤਾਂ ਬੇਸਿਕਲੀ ਲੈਣੀ ਪੈਂਦੀ ਹੈ ਕਿ ਅਗਰ ਤੁਸੀਂ ਜਾਣ ਤੋਂ ਪਹਿਲੇ ਅਪੁਆਇੰਟਮੈਂਟ ਲੈ ਲਵੋ ਤਾਂ ਨੋ ਬ੍ਰੇਨਰ ਕੋਈ ਮਸਲਾ ਹੀ ਨਹੀਂ ਹੁੰਦਾ ਫਿਰ ਲੇਕਿਨ ਜਿੱਦਾਂ ਹੁਣ ਸਾਨੂੰ ਐਮਰਜੈਂਸੀ ਆ ਐਮਰਜੈਂਸੀ ਦੇ ਵਿੱਚ ਨਾ ਯੂ ਕੈਨ ਜਸਟ ਗੋ ਦੇਅਰ ਅਤੇ ਇਨਸ਼ਾਅੱਲਾ ਤੁਹਾਨੂੰ ਨਾ ਉਹ ਸੌਟ ਆਊਟ ਕਰ ਲੈਣਗੇ ਸੋ ਫਿੰਗਰਸ ਕ੍ਰੋਸਡ ਲੈਟਸ ਸੀ ਸਾਨੂੰ ਅਪੁਆਇੰਟਮੈਂਟ ਮਿਲਦੀ ਹੈ ਕਿ ਨਹੀਂ ਟਾਈਮ ਇਸ ਵੇਲੇ ਹੋ ਗਿਆ ਆ 12:37 ਅਤੇ ਅੱਜ ਆਪਣੇ ਕੋਲ ਨਾ ਕਾਫੀ ਟਾਈਟ ਵਿੰਡੋ ਆ 1 ਵਜੇ ਤੱਕ ਉੱਥੇ ਕੋਸਕੋ 'ਚ ਪਹੁੰਚਾਂਗੇ ਜ਼ਿਆਦਾ ਦੂਰ ਤਾਂ ਨਹੀਂ ਹੈਗਾ ਹੈਗਾ ਤਾਂ ਮੈਂ 2-3 ਮੀਲ ਦੀ ਦੂਰੀ 'ਤੇ ਹਾਂ ਲੇਕਿਨ 1 ਵਜੇ ਤੱਕ ਉੱਥੇ ਪਹੁੰਚਾਂਗੇ ਗੱਡੀ ਗੁੱਡੀ ਪਾਰ ਕਰਕੇ ਅੰਦਰ ਜਾਵਾਂਗੇ ਅਤੇ ਫਿਰ 2 ਵਜੇ ਤੱਕ ਮੈਂ ਦੁਆ ਕਰਦਾ ਹਾਂ ਕਿ 2 ਵਜੇ ਤੱਕ ਨਾ ਕੋਈ ਗੱਲ ਬਣ ਜਾਵੇ ਉਹ ਰਿਪਲੇਸ ਕਰ ਸਕਣ 2 ਵਜੇ ਤੱਕ ਅਦਰਵਾਈਜ਼ ਅਗਰ 2 ਤੋਂ ਕੰਮ ਉੱਪਰ ਗਿਆ ਨਾ ਫਿਰ 3 ਵਜੇ ਬੇਟੇ ਨੂੰ ਸਕੂਲੋਂ ਪਿੱਕ ਕਰਨਾ ਆ 2:30 ਵਜੇ ਤੱਕ ਮੈਂ ਡੈਫੀਨੇਟਲੀ ਨਾ ਸਕੂਲ ਵਾਸਤੇ ਨਿਕਲਣਾ ਹੁੰਦਾ ਆ ਭਾਵੇਂ ਮੈਂ ਹੁਣ ਉੱਥੇ ਓਲਡਮ ਚੱਲਿਆ ਕੋਸਕੋ 'ਚ ਜਾਂ ਇੱਥੇ ਮੈਂ ਘਰ ਹੋਵਾਂ ਮੈਨੂੰ ਨਾ 1:30 ਘਰੋਂ ਨਿਕਲਣਾ ਪੈਣਾ ਉਹਨੂੰ ਪਿੱਕ ਕਰਨ ਵਾਸਤੇ ਸੋ ਲੈਟਸ ਹੋਪ ਫਿੰਗਰ ਕ੍ਰੋਸਡ ਕਿ ਐਵਰੀਥਿੰਗ ਆਪਣੀ ਫੇਵਰ 'ਚ ਹੋ ਜਾਵੇ ਯਾਰ ਜੂਨ ਦੀ 4 ਤਾਰੀਖ ਹੋ ਗਈ ਆ ਇਹ ਉਹ ਟਾਈਮ ਆ ਜਦੋਂ ਨਾ ਹੁਣ ਤੱਕ ਇੰਗਲੈਂਡ ਵਾਲੇ ਗੋਰੇ ਜਿਹੜੇ ਨੇ ਉਹ ਹਾਲ ਦੁਹਾਈ ਪਾਉਣ ਲੱਗ ਪੈਂਦੇ ਨੇ ਕਿ ਜੀ ਗਰਮੀ ਹੋ ਗਈ ਗਰਮੀ ਹੋ ਗਈ ਲੇਕਿਨ ਯਾਰ ਤੁਸੀਂ ਵੈਦਰ ਦਾ ਹਾਲ ਦੇਖੋ ਬਾਰਿਸ਼ ਪੈ ਰਹੀ ਹੈ ਐਸੀ ਅਨੋਇੰਗ ਔਰ ਮੂਸਲਾਧਾਰ ਬਾਰਿਸ਼ ਪੈ ਰਹੀ ਹੈ ਕਿ ਬਸ ਕੀ ਦੱਸੀਏ ਤੁਹਾਨੂੰ ਫੀਲ ਹੀ ਨਹੀਂ ਹੋ ਰਿਹਾ ਕਿ ਜਨਾਬ ਜੂਨ ਸਮਰ ਆ ਗਿਆ ਆ ਔਰ ਇਹ ਵੀ ਖਬਰਾਂ ਸੁਣਨ 'ਚ ਆ ਰਹੀਆਂ ਨੇ ਕਿ ਜਨਾਬ ਇਹ ਜਿਹੜਾ ਸਮਰ ਹੋਣਾ ਆ ਇਹ ਕੋਲਡੈਸਟ ਸਮਰ ਹੋਣਾ ਆ ਪਤਾ ਨਹੀਂ ਪਿਛਲੇ 20-30 ਸਾਲਾਂ ਦਾ ਸੋ ਆਈ ਡੋਂਟ ਨੋ ਯਾਰ ਇੱਕ ਪਾਸੇ ਜਿਹੜੀ ਐਨਰਜੀ ਦੀ ਕੋਸਟ ਆ ਪੈਟਰੋਲ ਗੈਸ ਬਿਜਲੀ ਉਹਨਾਂ ਦੀ ਪ੍ਰਾਈਸਿਸ ਅਸਮਾਨ ਨੂੰ ਲੱਗੀਆਂ ਹੋਈਆਂ ਨੇ ਮਤਲਬ ਉਹਨਾਂ ਦਾ ਮੈਂ ਰੈਫਰੈਂਸ ਇਸ ਵਾਸਤੇ ਦੇ ਰਿਹਾ ਕਿ ਇੱਥੇ ਕੋਲਡ ਵੈਦਰ ਹੁੰਦਾ ਕੋਲਡ ਵੈਦਰ ਦੇ ਵਿੱਚ ਤੁਹਾਨੂੰ ਹੀਟਿੰਗ ਚਲਾਉਣੀ ਪੈਂਦੀ ਹੈ ਹੀਟਿੰਗ ਚੱਲੇਗੀ ਤਾਂ ਗੈਸ ਬਰਨ ਹੋਏਗੀ ਗੈਸ ਓਬਵੀਅਸਲੀ ਮਹਿੰਗੀ ਆ ਅਤੇ ਇੱਕ ਤਾਂ ਹੈ ਕਿ ਐਨਰਜੀ ਕੋਸਟ ਮਹਿੰਗੀ ਆ ਦੂਸਰਾ ਵੈਦਰ ਵੀ ਇਨਾਬ ਸਪੋਰਟ ਨਹੀਂ ਕਰ ਰਿਹਾ ਵੈਦਰ ਵੀ ਗਰਮ ਨਹੀਂ ਹੋ ਰਿਹਾ ਔਰ ਵੈਦਰ ਠੰਡਾ ਆ ਹੀਟਿੰਗ ਚਲਾਉਣੀ ਪੈਂਦੀ ਆ ਅਤੇ ਜਿਹੜੀ ਕੋਸਟ ਆ ਮਹੀਨੇ ਦੀ ਲਿਵਿੰਗ ਕੋਸਟ ਜਾਂ ਜੋ ਵੀ ਤੁਸੀਂ ਉਹਨੂੰ ਕਹਿਣਾ ਉਹ ਥੱਲੇ ਨਹੀਂ ਆ ਰਹੀ ਯਾਰ ਹੋਰੈਂਡਸਲੀ ਡੈਵਸਟੇਟਿੰਗ ਤਕਰੀਬਨ ਪਹੁੰਚ ਆਏ ਹਾਂ ਜੀ ਕੋਸਕੋ ਅਤੇ ਦੁਆ ਕਰਦੇ ਹਾਂ ਕਿ ਜਨਾਬ ਉਹਨਾਂ ਕੋਲ ਅਪੁਆਇੰਟਮੈਂਟ ਅਵੇਲੇਬਲ ਹੋਵੇ ਅਗਰ ਬਿਜ਼ੀ ਹੋਣ ਤਾਂ ਨਖਰੇ ਕਰਨ ਲੱਗ ਪੈਂਦੇ ਆ ਕਿ ਨਹੀਂ ਜੀ ਖੜੀ ਕਰ ਜਾਓ ਸ਼ਾਮੀ ਲੈ ਜਾਓ 3 ਘੰਟੇ 'ਚ ਲੈ ਜਾਓ 2 ਘੰਟੇ 'ਚ ਲੈ ਜਾਓ ਅਤੇ ਅਗਰ ਵਿਹਲੇ ਹੋਣ ਤਾਂ ਕਹਿੰਦੇ ਆ ਠੀਕ ਆ ਜੀ ਕਰ ਦਿੰਦੇ ਹਾਂ ਫਿੰਗਰਸ ਕ੍ਰੋਸਡ What I need to do now, I just need to take these numbers. ਇਹਨਾਂ ਦੀਆਂ ਤਸਵੀਰਾਂ ਖਿੱਚ ਲਈਏ ਆਈ ਥਿੰਕ ਦੈਟਸ ਇਟ ਇਹ ਆਪਾਂ ਨੰਬਰ ਚਾਹੀਦੇ ਹੋਣੇ ਉੱਥੇ ਅੰਦਰ ਲੈਟਸ ਸੀ ਹੇਅਰ ਵੀ ਆਰ ਐਟ ਕੋਸਕੋ ਫਿੰਗਰਸ ਕ੍ਰੋਸ ਯਾਰ ਅੱਲਾ ਕਰੇ ਗੱਲ ਬਣ ਜਾਵੇ ਸੋ ਸੂਰਤ ਹਾਲ ਜਨਾਬ ਹੁਣ ਇਹ ਹੈ ਕਿ ਮੈਂ ਉੱਥੇ ਗਿਆ ਹਾਂ ਕਿਉਂਕਿ ਮੈਂ ਵਾਕ ਐਂਡ ਕਸਟਮਰ ਸੀਗਾ ਅਤੇ ਉਹ ਕਹਿੰਦੇ ਜੀ ਅਪੁਆਇੰਟਮੈਂਟ ਅਗਰ ਅਸੀਂ ਬੁੱਕ ਕਰੀਏ ਤਾਂ 45 ਮਿੰਟ ਤਾਂ ਉੱਤੇ ਲੱਗ ਜਾਂਦੇ ਆ ਲੇਕਿਨ ਅਸੀਂ ਲੈਸ ਬਿਜ਼ੀ ਹਾਂ ਰਾਹ ਤਰ੍ਹਾਂ ਕਰ ਦਿੰਦੇ ਹਾਂ ਲੇਕਿਨ ਕੁਛ ਕਹਿ ਨਹੀਂ ਸਕਦੇ 1/2 ਘੰਟੇ 'ਚ ਹੋ ਜਾਵੇ 45 ਮਿੰਟ ਲੱਗ ਜਾਣ 1 ਘੰਟਾ 2 ਘੰਟੇ 1.5 ਘੰਟੇ ਫਿੰਗਰਸ ਕ੍ਰੋਸਡ ਉਹਨੇ ਲੈ ਲਿਆ ਆ ਅਤੇ ਲੈਟਸ ਹੋਪ ਕਿ ਜਨਾਬ ਕਰ ਦੇਵੇ ਕਿਉਂਕਿ ਮੇਰੇ ਕੋਲ ਨਾ ਟਾਈਮ ਆ ਹੁਣ ਟਾਈਮ ਹੋ ਚੱਲਿਆ ਤਕਰੀਬਨ 1:05 ਹੋਏ ਨੇ ਅਗਰ ਉਹ ਕਰ ਦੇਵੇ ਨਾ 2:30 ਤੱਕ ਤਾਂ ਆਈ ਥਿੰਕ ਆਮ ਸਟਿਲ ਗੁੱਡ ਅਤੇ ਕਿਵੇਂ ਨਜ਼ਰ ਪੈ ਗਈ ਹੈ ਯਾਰ ਮੈਂ ਨਾ ਕੁਛ ਦਿਨਾਂ ਤੋਂ ਦੇਖ ਰਿਹਾ ਸੀਗਾ ਸਕਰੂਜ਼ ਚਾਹੀਦੇ ਸੀਗੇ ਮੈਨੂੰ ਨਾ ਇਲੈਕਟ੍ਰੀਕਲ ਕੰਮ ਕਰਨ ਵਾਸਤੇ ਜਿਹੜੇ ਟਾਈਨੀ ਸਕਰੂਜ਼ ਹੁੰਦੇ ਆ ਆਹ ਮੈਨੂੰ ਇੱਕ ਆਈਟਮ ਨਜ਼ਰ ਆ ਗਿਆ ਇੱਥੇ ਉਹ ਹੁਣ ਚੱਕ ਲਿਆ ਇਹ ਨੁਕਸਾਨ ਆ ਕੋਸਕੋ ਦਾ ਤੁਸੀਂ ਇੱਥੇ ਆਓ ਕੁਛ ਕਰਨ ਵਾਸਤੇ ਔਰ ਖਰਚਾ 2 ਵਜੇ ਹੀ ਹੋ ਜਾਂਦਾ ਇੱਥੇ ਯਕੀਨ ਕਰੋ ਐਸੀਆਂ ਐਸੀਆਂ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਤੁਹਾਨੂੰ ਨਾ ਆਮ ਮਾਰਕੀਟ 'ਚ ਨਹੀਂ ਮਿਲਦੀਆਂ ਔਰ ਅਗਰ ਆਮ ਮਾਰਕੀਟ 'ਚ ਮਿਲਦੀਆਂ ਨੇ ਤਾਂ ਇੱਥੇ ਬਹੁਤ ਸਸਤੀਆਂ ਮਿਲ ਜਾਂਦੀਆਂ ਆਹ ਮੇਰੇ ਖਿਆਲ ਆਟਾ ਗੁੰਨਣ ਵਾਲੀ ਮਸ਼ੀਨ ਹੈ ਕਿਚਨ ਏਡ ਵਾਲਿਆਂ ਦੀ
बेतहाशा बोतल पईआं ने ऑलरेडी अज बहुत टाइम है मेरे को यार चीज़ा चूज़ा मैं कुछ लैनिया नहीं सी है लेकिन हूँ घूम फिर के इतने सारा जायजा लेना पैना कि चीज़ किन्ने की मिल रही है क्या बात है आ की चीज़ है भाई एंटीगा रूम स्प्रे एक लीटर का एंटीगा रूम स्प्रे किन्ने का 1798 का असी रीसेंटली ईवी लई है ना जिदा हम टायर चेंज करवाना है उदों मैं देख रहा सीगा कि ईवी चार्जर लवाना हुंदा घर ते आ उदों नवे नवे आए सीगे ये हैगा आ हाइव वालियां दा लेटेस्ट मॉडल आ जिहड़ा मैं लवाया वह भी हाइव का ही है लेकिन ना इस तो थोड़ा पुराना मॉडल आ इहनां दा कोई फर्क नहीं हुंदा बस टचके चुचके ही हुंदे आ कम वह भी उही करन दिया ते इहने भी उही करना सी बहरहाल आ थोड़ा ना हैगा स्मार्ट किन्ने का भला है अगर ऑन ऑन इट्स ओन लैना है तो फिर 600 का आ तो सारा ऑन यूर ओन तो लै नहीं सकते थोड़ू ये वास्ते इंस्टॉलेशन भी लैनी पैनी है तो यदि इंस्टॉलेशन होनी है अराउंड कोई टोटल मिला के ये तो इंस्टॉलेशन 1100-1200-1200 का पैना है आ यार साढ़े घर के एक खूंजा जहा आ उत्थे पहले से सोचा सी अलमारी बनवा लीए अलमारी तो बनी नहीं हूँ मैं सोचा कि यह जे कोई जो बने बनाए शेल्फिंग लै लीए आ प्लास्टिक की है तो वह हैगी अगे एक वो मैटल की है यह जी लैके ना उत्थे सैट कर लीए हूँ आ जी है ये हैगी 4198 की आ जो मैटल वाली है एंड जी प्लास्टिक वाली है इस 35 प्राइस का तो इन्ना कोई डिफरेंस नहीं हैगा बट आई थिंक वह मैं लवागा लेकिन हूँ प्रॉब्लम यह है कि मेरे को मेजरमेंट नहीं हैगी मेजरमेंट लैके ना फिर आवागा ऑन टॉप ऑफ दैट यही अपनी जी गड्डी है जी हूँ खड़ी है बाहर टायर चेंज हो रहा है ये ना स्क्रीन वॉश भी पैन वाला है 718 का 5 लीटर का स्क्रीन वॉश हूँ साइकिलिंग वाला सैक्शन है इधर साइकिलिंग का समान आ इलैक्ट्रिक स्कूटर पे ने 539 का इलैक्ट्रिक स्कूटर है वाला इधर गोल्फ वाला समान पिया है अगर अं गोल्फ शोल्फ खेलना पसंद करते हैं आ सारा गोल्फिंग वाला समान पिया है आ यार एक इन्हां दी प्रोडक्ट आ असीं हमेशा ही लेंदे आए हैं रॉयल डेंस डैनिश बटर कुकीज़ बड़ी अच्छिया होंगे किन्ने दियाँ 1159 दियाँ और 1.8 ग्राम लेकिन मतलब 1.8 ग्राम तकरीबन 2 किलो के करीब बहुत स्वीट एंड नाइस होंदिया ने बट मैं अजक खुद शूगर तो परहेज कर रहा तो लेट मी हैव अ लुक के शूगर इन हैगी कि ऑफ विच शूगर 200 ग्राम के 24 ग्राम शूगर है 24% शूगर है मतलब टू मच यार सम अदर डे बड़ा अरसा ही हो गया मैं ना आम इस्तेमाल वास्ते हाइट वाली बन जराबा होंदिया ने मैं वो पानी छड़ती हुई ने बड़ा अनकंफर्टेबल जहा फील हों जो सिर्फ एंकल हाई वाली होंगे ना मैं वह पाँगा उन्होंने ना जरा मज़ा आता है आही ले लें इन्हों ना फॉर द चेंज आप वाइट वाली लै लें दिस टाइम राउंड वाओ यार आ शू देखो हूँ आ वाले शूज प्यूमा के ने और किन्ने का आया है 30 pounds का वाओ यकीन करो इतने आके ना बंदे का दिल करता कि एक शह ना लवा हर शहर जोड़ियाँ कढ़ावा आ सैक्शन हूँ चॉकलेट्स वाला है यार तरह तरह दियाँ 170 चॉकलेट्स हूँ फॉर एग्जाम्पल आ मार्स का पैकेट आ ये 48 ने 48 बार्स ने 51 ग्राम ईच और यह हैगा 2278 का अगर आप कोई होर देखिए मिसाल के तौर पर आ हूँ स्निकर्स का स्निकर्स का भी 48 का आ लेकिन बार जी 48 ग्राम की होंगी है यह 2278 वो किन्ने का सी 2278 सेम प्राइस आ है जी फरारे रोशो ये बेसिकली छोटे छोटे पैक ने 5 और 19 18 ओके जी अलहमदुल्ला अलहमदुल्ला टाइम होया है इस वेले हुण 2:24 और अलहमदुल्ला यार कार हो गई आ सैटल टायर जिहड़ा हो गया उन्होंने रिप्लेस करता टायर दा उत्थे सिचुएशन ये बनी टायर सीगा बेसिकली खराब फ्रंट पैसेंजर साइड का तो कहें कि यार बेहतरीन यह है कि तू एक टायर ना तब्दील करवा तू पसे फ्रंट वाले ना दोवें तब्दील करवा क्योंकि जेडे एग्जैक्ट टायर कार दे लगे हुए ने ना साढ़े को नहीं है साढ़े को ना एक डिफरेंट काइंड है तो कहना जो असं एक टायर लावे ना तो बाकी तीन डिफरेंट हो गए तो थोड़ी ड्राइव जी ना सत्यानाश हो जाना कार का मतलब वो ड्राइव के वो चीज़ नहीं रहनी तो लिहाजा फ्रंट वाले दोनों कहता चेंज कराओ फिर कहता जो फ्रंट वाले चेंज करने होंगे ना फिर आप असं इदा नहीं चेंज करते कि फ्रंट वाला चेंज कर दी असं कहना इंज करा कि जो बैक वाले दो ने उतार के लावे फ्रंट से और जो नवे दो हो ना मैं डरी गया यार वो गड्डी
ਹਾਲਾਂਕਿ ਉਹ ਨਵੀਂ ਗੱਡੀ ਹੈ ਮਰਸੀਡੀਜ਼ ਵਾਲੀ, ਉਹਨਾਂ ਦਾ ਸਲੈਂਸਰ ਹੀ ਇਸ ਕਿਸਮ ਦਾ ਹੁੰਦਾ ਵੱਡੀ, ਉਹ AMG ਲਾਈਨ ਹੈ ਅਤੇ ਤਰਾ ਹੀ ਕੱਢਦਾ। ਬਹਰਹਾਲ ਉਹ ਕਹਿੰਦਾ ਜੀ ਜਿਹੜੇ ਬੈਕ ਵਾਲੇ ਟਾਇਰ ਨੇ, ਰੇਅਰ ਟਾਇਰ ਨੇ, ਉਹ ਕੱਢ ਕੇ ਫਰੰਟ 'ਤੇ ਪਾਵਾਂਗੇ, ਔਰ ਜਿਹੜੇ ਨਵੇਂ ਹੋਣਗੇ ਨਾ ਦੋ, ਉਹ ਪਿਛਲੇ ਟਾਇਰ ਪਾਵਾਂਗੇ। ਤਾਂ ਇਹ ਉਹਨਾਂ ਨੇ ਹੁਣ ਕਰਤਾ ਜਨਾਬ, ਅਤੇ ਅਲਹਮਦੁਲਿਲਾ ਜਿੱਥੇ ਤੱਕ ਕੀਮਤ ਤਾਂ ਤੁਹਾਨੂੰ ਪਤਾ ਬ੍ਰਾਂਡ ਟੂ ਬ੍ਰਾਂਡ ਵੇਰੀ ਕਰਦੀ ਹੈ, ਅਤੇ ਇੱਥੇ ਜਨਾਬ ਦੋ ਟਾਇਰਾਂ ਦੇ ਹੁਣ ਲੱਗੇ ਨੇ 215 pounds, ਉਹਦੇ 'ਚ ਹੀ ਫਿਟਿੰਗ ਐਵਰੀਥਿੰਗ। ਅਤੇ ਅਲਹਮਦੁਲਿਲਾ ਯਾਰ, ਗੁੱਡ ਥਿੰਗ ਇਜ਼ ਕਿ ਇਸ਼ੂ ਬਣ ਗਿਆ ਸੀਗਾ ਅਚਾਨਕ ਹੀ, ਅਚਾਨਕ ਤਾਂ ਨਹੀਂ ਖੈਰ ਬਣਿਆ, ਹਵਾ ਤਾਂ ਟਾਇਰ ਉਹ ਬੜੇ ਦਿਨਾਂ ਦੇ ਲੂਜ਼ ਕਰ ਰਿਹਾ ਸੀਗਾ, ਲੇਕਿਨ ਮੈਂ ਸੋਚਿਆ ਸੀਗਾ ਕਿ ਬਸ ਤੈਨੂੰ ਨਾ ਇੱਕ ਉਹ ਟਾਇਰ ਵੈਲਡ ਲੀਕੁਇਡ ਦੀ ਜ਼ਰੂਰਤ ਆ, ਇਸ ਕਨ ਵੀ ਫਾਈਨ। ਲੇਕਿਨ ਅੱਜ ਮੈਂ ਸੁਬਹਾ ਨੋਟਿਸ ਕੀਤਾ ਉਹ ਬਬਲ ਬਣਿਆ ਹੋਇਆ, ਉਹ ਡੇਂਜਰਸ ਸੀਗਾ, ਦੈਟ ਨੀਡਿਡ ਸੋਰਟਿੰਗ ਆਊਟ ASAP। ਸੋ ਦੈਟਸ ਵਾਈ ਆਈ ਹੈਡ ਟੂ ਟੇਕ ਕਮਾਂਡੋ ਐਕਸ਼ਨ, ਅਤੇ ਅੱਜ ਜਨਾਬ ਮੈਨੂੰ ਕਰਨਾ ਪਿਆ। ਅਤੇ ਹੁਣ ਜਨਾਬ 2:30 ਚੱਲੇ ਨੇ, ਆਪਾਂ ਜਾਣਾ ਹੁਣ ਸਟਰੇਟ ਟੂ ਸਕੂਲ, ਅਤੇ ਹਾਰਸ ਨੂੰ ਪਿੱਕ ਕਰਦੇ ਹਾਂ, ਦੈਨ ਵਿਲ ਕਮ ਹੋਮ। ਲਓ ਜੀ ਅਲਹਮਦੁਲਿਲਾ ਟਾਇਰ ਵੀ ਪੈ ਗਿਆ, ਬੇਟੇ ਨੇ ਵੀ ਪਿੱਕ ਕਰ ਲਿਆ। ਆਈ ਥਿੰਕ ਦੈਟ ਵਾਜ਼ ਅ ਪ੍ਰੋਡਕਟਿਵ ਡੇ, ਅੱਜ ਕਾਫੀ ਭੱਜ ਦੌੜ ਲੱਗੀ ਰਹੀ ਹੈ, ਕੰਮ ਜਿਹੜੇ ਕਰਨੇ ਸੀ ਅਲਹਮਦੁਲਿਲਾ ਹੋ ਗਏ, ਸੋ ਆਈ ਕਾਲ ਇਟ ਅ ਸਕਸੈਸ। ਸੋ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਆ, ਪਲੀਜ਼ ਲਾਈਕ ਸ਼ੇਅਰ ਐਂਡ ਕੋਮੈਂਟ, ਔਰ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਲਾਹ ਨੇ ਤੁਹਾਨੂੰ ਬਹੁਤ ਦੇਣਾ।